ਇੱਕ ਹੀ ਐਬ ਹੈ ਸਾਡੇ ਵਿੱਚ ਜੋ ਕੁੱਟ ਕੁੱਟ ਕੇ ਭਰਿਆ ਹੈ, ਕਿਉਂਕਿ ਕਹਿੰਦੇ ਨੇ ਜੇ ਸਾਦਗੀ ਸ਼ਿੰਗਾਰ ਹੋ ਜਾਵੇਗੀ ਤਾਂ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ। ਨਮਸਕਾਰ, ਸੇਂਟ ਸੋਲ ਦ ਟਾਈਮਸ ਤੋਂ ਮੈਂ ਹਾਂ ਕੋਮਲ ਤੇ ਪ੍ਰੋਗਰਾਮ ਲੈ ਕੇ ਆਈ ਹਾਂ ਰੰਗ ਸੰਗੀਤ ਦੇ। ਅੱਜ ਸਾਡੇ ਨਾਲ ਜੁੜ ਚੁੱਕੇ ਨੇ ਜੀ ਢਿਲਵਾਂ ਦੇ ਰਹਿਣ ਵਾਲੇ ਮਿਸਟਰ ਸੌਰਵ ਜੀ, ਜੋ ਕਿ ਬਹੁਤ ਅੱਛਾ ਗਾਉਂਦੇ ਨੇ। ਜੇ ਗਾਇਕੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਉਂਗਲਾਂ ਹਾਰਮੋਨੀਅਮ ਤੇ ਇਸ ਤਰ੍ਹਾਂ ਚੱਲਦੀਆਂ ਨੇ ਜਿਵੇਂ ਸਮੁੰਦਰ ਵਿੱਚ ਲਹਿਰਾਂ ਚੱਲਦੀਆਂ ਨੇ, ਤੇ ਆਓ ਫਿਰ ਕਰਦੇ ਹਾਂ ਉਹਨਾਂ ਦੇ ਨਾਲ ਮੁਲਾਕਾਤ। ਬਹੁਤ ਬਹੁਤ ਸਵਾਗਤ ਸੌਰਵ ਜੀ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਵੈਸੇ ਤਾਂ ਮੈਂ ਢਿਲਵਾਂ ਬੋਲ ਦਿੱਤਾ ਕਿਉਂਕਿ ਢਿਲਵਾਂ ਕਾਫੀ ਵੱਡਾ ਸ਼ਹਿਰ ਹੈ। ਹਾਂਜੀ ਹਾਂਜੀ, ਆਪਣੇ ਰਾਮਾ ਮੰਡੀ ਲਾਗੇ ਮੈਨੂੰ ਢਿਲਵਾਂ ਜਿਹੜਾ। ਜੀ ਜੀ ਜੀ, ਉੱਥੋਂ ਦੇ ਰਹਿਣ ਵਾਲੇ ਆਪਾਂ ਜੀ। ਕਿੰਨਾ ਸਮਾਂ ਹੋ ਗਿਆ ਗਾਇਕੀ ਦੇ ਸਮੁੰਦਰ 'ਚ ਤਾਰੀਆਂ ਲਾਉਂਦਿਆਂ? ਮੈਨੂੰ ਛੋਟੇ ਹੁੰਦੇ ਨੂੰ ਸ਼ੌਕ ਸੀਗਾ, ਮੈਨੂੰ ਛੋਟੇ ਹੁੰਦੇ ਨੂੰ ਜੀ, ਜਿੱਦਾਂ ਦਾਦਾ ਜੀ ਦੱਸਦੇ ਹੁੰਦੇ ਸੀਗੇ ਤੇ ਦਾਦਾ ਜੀ ਉਹਨਾਂ ਕੋਲੋਂ ਮੈਂ ਸਿੱਖਿਆ ਮੈਂ ਜ਼ਿਆਦਾ। ਓਕੇ, ਤੇ ਉਹਨਾਂ ਨੇ ਮੈਨੂੰ ਇਸ ਲਾਈਨ 'ਚ ਪਾਇਆ ਉਹਨਾਂ ਨੇ। ਕੀ ਬਾਤ ਹੈ, ਮਤਲਬ ਜਿਹੜੀ ਵਿਰਾਸਤ ਹੈ ਗਾਇਕੀ ਦੀ ਉਹ ਤੁਹਾਨੂੰ ਘਰੋਂ ਹੀ ਮਿਲੀ ਹੈ। ਹਾਂਜੀ ਹਾਂਜੀ ਜੀ। ਤੇ ਗੱਲ ਕਰਦੇ ਆ, ਹਾਰਮੋਨੀਅਮ ਵਜਾਉਣਾ ਬਹੁਤ ਔਖਾ ਹੈ, ਮੈਂ ਤੁਹਾਨੂੰ ਦੇਖਿਆ ਹੈ ਵਜਾਉਂਦਿਆਂ, ਇਹਨੂੰ ਕਿੰਨਾ ਕੁ ਟਾਈਮ ਲੱਗਿਆ ਸਿੱਖਣ ਲਈ? ਇਹਨੂੰ ਬਹੁਤ ਟਾਈਮ ਲੱਗਾ ਜੀ ਇਹਨੂੰ ਸਿੱਖਣ ਨੂੰ, ਮਤਲਬ ਜਿੱਦਾਂ ਨਾ ਦਾਦਾ ਜੀ ਉਹਨਾਂ ਨੇ ਮੈਨੂੰ ਪਹਿਲਾਂ ਲਿਆ ਕੇ ਦਿੱਤਾ ਸੀਗਾ ਹਾਰਮੋਨੀਅਮ, ਤੇ ਉਦੋਂ ਮੈਨੂੰ ਥੋੜਾ ਜਿਹਾ ਮੈਨੂੰ ਜਿੱਦਾਂ ਟਾਈਮ ਲੱਗ ਗਿਆ, ਜਿੱਦਾਂ 2 ਸਾਲ ਲੱਗੇ ਹੀ ਗਏ ਸੀ। ਮੈਂ ਆਪਣੇ ਜਿੱਦਾਂ ਨਾ ਇਹ ਛੋਟਾ ਹੁੰਦਾ ਮੈਂ ਤਬਲਾ ਵਜਾਉਣਾ ਸੀਗਾ ਪਹਿਲਾਂ, ਜਿੱਦਾਂ ਉਹਨਾਂ ਨੇ ਮੈਨੂੰ ਤਬਲਾ ਲਿਆ ਕੇ ਦਿੱਤਾ ਸੀਗਾ ਤੇ ਉਹ ਪਹਿਲਾਂ ਮੈਂ ਵਜਾਉਣਾ ਹੁੰਦਾ ਛੋਟਾ ਹੁੰਦਾ। ਬੜੇ ਸਾਰੇ ਫਨਕਾਰ ਤੁਸੀਂ ਦੇਖੇ ਹੋਣਗੇ, ਲੇਕਿਨ ਕੁਝ ਇਸ ਤਰ੍ਹਾਂ ਦੇ ਫਨਕਾਰ ਨੇ ਜੋ ਗਾਇਕੀ ਦੇ ਸਮੁੰਦਰ ਵਿੱਚ ਤਾਰੀਆਂ ਲਾਉਂਦੇ ਹੋਏ ਆਪਣੇ ਆਪ ਨੂੰ ਇੰਨਾ ਨਿਖਾਰ ਲੈਂਦੇ ਨੇ ਕਿ ਜਦੋਂ ਕੋਈ ਉਹਨਾਂ ਨੂੰ ਸੁਣਦਾ ਹੈ ਤੇ ਹਰ ਕੋਈ ਕਹਿੰਦਾ ਹੈ ਵਾਹ ਕੀ ਬਾਤ ਹੈ। ਇਹ ਮੈਂ ਕਹਿ ਨਹੀਂ ਰਹੀ, ਇਹ ਮੈਂ ਤੁਹਾਨੂੰ ਸੁਣਾ ਰਹੀ ਹਾਂ। ਆਓ ਸੁਣਦੇ ਹਾਂ ਕੁਝ ਖਾਸ ਸੌਰਵ ਜੀ ਕੋਲੋਂ। ਆ
ਬਾਤ ਹੈ। ਮੈਂ ਕਿਹਾ ਸੀ ਨਾ ਕਿ ਵਾਕਈ ਤੁਸੀਂ ਕਹੋਗੇ ਕਿ ਬਹੁਤ ਅੱਛਾ, ਅੱਜ ਅਸੀਂ ਹੀਰਾ ਲੈ ਕੇ ਆਏ ਹਾਂ ਜੀ ਰੰਗ ਸੰਗੀਤ ਦੇ ਵਿੱਚ। ਗੱਲਬਾਤ ਕਰਦੇ ਹਾਂ ਜੀ, ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਮੁਰਕੀਆਂ ਲਗਾਈਆਂ, ਹਰਕਤਾਂ ਲਗਾਈਆਂ, ਇਹ ਕਿਹਨਾਂ ਕੋਲੋਂ ਸਿੱਖਿਆ, ਕਿਹਨਾਂ ਨੂੰ ਫੋਲੋ ਕਰਦੇ ਹੋ? ਮੈਂ ਫੋਲੋ ਕਰਦਾ ਮੈਡਮ ਆਪਣੇ ਸ਼ਾਹਿਦ ਨੁਸਰਤ ਜੀ, ਪਾਕਿਸਤਾਨ ਤੋਂ ਆ, ਤਾਂ ਉਹਨਾਂ ਨੂੰ ਮੈਂ ਜ਼ਿਆਦਾ ਫੋਲੋ ਕਰਦਾ ਮੈਂ ਜੀ। ਉਹਨਾਂ ਦੀ ਗਜ਼ਲ ਗਾਉਂਦੇ ਹੋ, ਉਹਨਾਂ ਦੇ ਗੀਤ ਗਾਉਂਦੇ ਹੋ, ਜਾਂ ਫਿਰ ਕੁਛ ਹੋਰ ਵੀ ਕਰਦੇ ਨੇ ਜਿਸ ਦਾ ਤੁਸੀਂ ਦੱਸਿਆ ਤੁਹਾਨੂੰ ਤੁਹਾਡੇ ਦਾਦਾ ਜੀ ਨੇ ਪ੍ਰੇਰਿਤ ਕੀਤਾ, ਕੁਛ ਉਹਨਾਂ ਨੇ ਕੋਈ ਰੰਗ ਸਿਖਾਏ ਹੋਣ? ਹਾਂਜੀ ਹਾਂਜੀ, ਉਹਨਾਂ ਨੇ ਵੀ ਦੱਸਿਆ, ਮਤਲਬ ਉਹਨਾਂ ਨੇ ਮਤਲਬ ਜਿੱਦਾਂ ਬਹੁਤ ਕੁਛ ਦੱਸਿਆ ਉਹਨਾਂ ਨੇ। ਬਹੁਤ ਕੁਛ ਅਸੀਂ ਜ਼ਿੰਦਗੀ ਵਿੱਚ ਅਚੀਵ ਕਰਨਾ ਚਾਹੁੰਦੇ ਹਾਂ, ਸਾਡਾ ਇੱਕ ਏਮ ਹੁੰਦਾ ਹੈ ਕਿ ਮੈਂ ਸਿੰਗਰ ਬਣਨਾ ਹੈ ਜਾਂ ਮੈਂ ਮਿਊਜ਼ਿਕ ਕੰਪੋਜ਼ਰ ਬਣਨਾ ਹੈ, ਕਿਉਂਕਿ ਤੁਸੀਂ ਬਹੁਤ ਅੱਛਾ ਕੰਪੋਜ਼ ਵੀ ਕਰ ਰਹੇ ਹੋ ਨਾ, ਖੁਦ ਪਲੇ ਕਰ ਰਹੇ ਹੋ, ਕੁਛ ਏਮ ਹੈ ਲਾਈਫ ਦੇ? ਹਾਂਜੀ ਹਾਂਜੀ ਮੈਡਮ, ਕੀ ਬਣਨਾ ਚਾਹੁੰਦੇ ਹੋ, ਸਿੰਗਰ ਬਣਨਾ ਚਾਹੁੰਦੇ ਹੋ ਕਿ ਡਾਇਰੈਕਟਰ ਬਣਨਾ ਚਾਹੁੰਦੇ ਹੋ? ਸਿੰਗਰ ਹੀ ਮੈਡਮ ਬਣਨਾ ਚਾਹੁੰਦਾ, ਮਤਲਬ ਛੋਟੇ ਹੁੰਦੇ ਜਿੱਦਾਂ ਨਾ ਦਾਦਾ ਜੀ ਦਾ ਸ਼ੌਂਕ, ਮਤਲਬ ਉਹ ਸੀਗਾ ਵੀ ਮਤਲਬ ਇਹ ਜਿੱਦਾਂ ਉੱਠੇ ਬੱਚਾ ਮੇਰਾ ਜੀ, ਤੇ ਜਿੱਦਾਂ ਅੱਗੇ ਆਵੇ ਆਡੀਅੰਸ ਦੇ ਸਾਰੇ ਸਾਹਮਣੇ ਆਵੇ। ਮਤਲਬ ਤੁਸੀਂ ਦਾਦਾ ਜੀ ਦੇ ਚਾਹ ਨੂੰ, ਉਹਨਾਂ ਦੇ ਸ਼ੌਂਕ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਕਿ ਉਹ ਆਪਣੇ ਜਿਹੜੇ ਸ਼ੌਂਕ ਨੇ ਉਹ ਤੁਹਾਡੇ ਵਿੱਚ ਦੇ ਸਕਣ ਨਾ? ਬਹੁਤ ਵੱਡੀ ਇਹ ਗੱਲ ਹੈ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੀ ਆਪਣੇ ਘਰਦਿਆਂ ਦੀ ਗੱਲ ਮੰਨਦੇ ਨੇ, ਪਰ ਅੱਜ ਵਾਕਈ ਬਹੁਤ ਵਧੀਆ ਦਿਨ ਚੜਿਆ ਕਿ ਇਸ ਤਰ੍ਹਾਂ ਦੇ ਬੱਚੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਜੋ ਆਪਣੇ ਘਰਦਿਆਂ ਦੀਆਂ ਹਰ ਗੱਲਾਂ ਨੂੰ ਮੰਨਦੇ ਨੇ ਔਰ ਆਪਣੇ ਇੱਕ ਟੀਚੇ ਨੂੰ ਅੱਗੇ ਰੱਖ ਕੇ ਤੁਰਦੇ ਨੇ। ਸਿੰਗਿੰਗ ਦੇ ਵਿੱਚ ਬਹੁਤ ਵਧੀਆ ਵਧੀਆ ਗੱਲਾਂ ਕਰ ਲੈਂਦੇ ਹਾਂ ਅਸੀਂ, ਸਿੰਗਿੰਗ ਦੇ ਵਿੱਚ ਗਾ ਵੀ ਲੈਂਦੇ ਹਾਂ, ਪਲੇ ਵੀ ਕਰ ਲੈਂਦੇ ਹਾਂ, ਰਿਆਜ਼ ਵੀ ਕਰ ਲੈਂਦੇ ਹਾਂ। ਰਿਆਜ਼ ਕਿੰਨਾ ਟਾਈਮ ਕਰਦੇ ਹੋ? ਤੁਹਾਡਾ ਗਲਾ ਬਹੁਤ ਅੱਛਾ ਹੈ। ਰਿਆਜ਼ ਮੈਡਮ ਜਿੱਦਾਂ ਆਪਾਂ ਸਵੇਰੇ ਕਰੀਦਾ, ਇਸ ਦਾ ਜਿੱਦਾਂ ਆਪਣੇ ਭਾਜੀ ਬਹਿ ਜਾਂਦੇ ਆ, ਵੱਡੇ ਭਾਜੀ ਆ, ਜਿੱਦਾਂ ਉਹਨਾਂ ਦੀ ਵੀ ਆਪਣੀ ਪਾਰਟੀ ਆ, ਜਿੱਦਾਂ ਉਹਨਾਂ ਨਾਲ ਮੈਂ ਬਹਿ ਜਾਂਦਾ ਉਹਨਾਂ ਤੜਕੇ, ਜਾਂ ਸਵੇਰੇ ਜਾਂ ਸ਼ਾਮ ਜਿੱਦਾਂ ਆਪਾਂ ਬੈਠੇ ਰਹੀਦਾ ਜਾਂ ਰਿਆਜ਼ ਕਰਦੇ ਰਹੀਦਾ, ਤੇ ਵੈਸੇ ਮੈਂ ਜਿੱਦਾਂ ਨਾ ਤਬਲਾ ਮੈਂ ਪਲੇ ਕਰਦਾ ਤੇ ਉਹ ਗਾਉਂਦੇ ਨੇ, ਮੈਂ ਨਾਲ ਮੈਂ ਵੈਸੇ ਮੈਂ ਤਬਲਾ ਪਲੇ ਕਰਦਾ ਉਹਨਾਂ ਦੇ ਜੀ। ਜਿਸ ਤਰ੍ਹਾਂ ਇੰਨਾ ਅੱਛਾ ਅਸੀਂ ਗਾਉਂਦੇ ਹਾਂ, ਹਾਈ ਸਕੇਲ ਤੇ ਜਾਂਦੇ ਹਾਂ, ਪਿਚ ਡਾਊਨ ਖੇਡਦੇ ਹਾਂ ਨਾ, ਤੇ ਸੁਰ ਦੇ ਕਲਾਮ ਨੂੰ ਕਹਿੰਦੇ ਕਿ ਜੇ ਸੁਰ ਦੇ ਬਾਰੇ ਸਾਨੂੰ ਪਤਾ ਹੈ ਤੇ ਫਿਰ ਸਾਨੂੰ ਕੋਈ ਵੀ ਬੰਦਾ ਮਾਤ ਨਹੀਂ ਦੇ ਸਕਦਾ। ਕਦੀ ਏਦਾਂ ਦਾ ਮੌਕਾ ਆਇਆ ਕਿ ਤੁਸੀਂ ਕੋਈ ਕੰਪੀਟੀਸ਼ਨ ਚ ਗਏ ਹੋ ਤੇ ਤੁਹਾਡੇ ਤੋਂ ਵੀ ਚੜ੍ਹਦੀ ਕਲਾ ਚ ਅੱਗੇ ਬੱਚੇ ਪਹੁੰਚੇ ਹੋਣ? ਹਾਂਜੀ ਹਾਂਜੀ ਮੈਡਮ। ਫਿਰ ਉਹਨਾਂ ਨੂੰ ਦੇਖ ਕੇ ਕਿੱਦਾਂ ਦਾ ਮਨ ਚ ਹੁੰਦਾ, ਕਿੱਧਰ ਆਪਣੇ ਆਪ ਨੂੰ ਉਹਨਾਂ ਦੇ ਅੱਗੇ ਸ਼ੇਰ ਬੱਬਰ ਤੱਕ ਲੈ ਕੇ ਜਾਂਦੇ ਹੋ ਕਿ ਮੈਂ ਹੀ ਵਧੀਆ ਗਾਉਣਾ? ਕਦੀ ਹੁੰਦਾ ਏਦਾਂ ਦਾ ਮਨ ਚ? ਹਾਂਜੀ ਹਾਂਜੀ ਮੈਡਮ। ਕਦੀ ਏਦਾਂ ਦਾ ਮੌਕਾ ਆਇਆ ਕਿ ਕਿਸੇ ਨੂੰ ਦੇਖ ਕੇ ਤੁਸੀਂ ਵੀ ਘਬਰਾ ਗਏ ਹੋ ਕਿ ਮੈਨੂੰ, ਮੈਥੋਂ ਤਾਂ ਨਹੀਂ ਗਾ ਜਾਣਾ? ਨਹੀਂ ਮੈਡਮ, ਏਦਾਂ ਤਾਂ ਨਹੀਂ ਕਦੀ ਹੋਇਆ। ਇਹ ਤਾਂ ਜਿੱਦਾਂ ਮਤਲਬ ਨਾ ਦਾਦਾ ਜੀ ਨੇ ਦੱਸਿਆ ਸੀਗਾ, ਦਾਦਾ ਜੀ ਕਹਿੰਦੇ ਮਤਲਬ ਜਿਹੜਾ ਮਰਜ਼ੀ ਮੂਹਰੇ ਹੋਵੇ, ਮਤਲਬ ਜੋ ਆਪਾਂ ਕੋਈ ਹੈਗਾ ਨਾ ਤੇ ਆਪਾਂ ਉਹੀ ਸੁਣਾਉਣਾ ਉਹਨਾਂ ਨੂੰ, ਜੋ ਮਤਲਬ ਕੁਛ ਹੈਗਾ ਆਪਣਾ। ਬਿਲਕੁਲ। ਤੇ ਮਤਲਬ ਕਿਸੇ ਕੋਲ ਡਰਨਾ ਨੀ, ਮਤਲਬ ਇਦਾਂ ਜੇ ਗਲਤ ਵੀ ਲੱਗਿਆ ਕਹਿੰਦੇ ਕੋਈ ਚੱਕਰ ਨੀ, ਮਤਲਬ ਜਿੱਦਾਂ ਇੱਕ ਵਾਰ ਗਲਤ ਲੱਗਿਆ ਦੂਜੀ ਵਾਰ ਸਹੀ ਆਜੂ ਕਹਿੰਦੇ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਕਹਿੰਦੇ ਤੁਹਾਡੇ ਅੱਗੇ ਜਿੰਨਾ ਮਰਜ਼ੀ ਦੁਨੰਦਰ ਪਰਫਾਰਮਰ ਹੋਵੇ, ਉਹਦੇ ਤੋਂ ਬਾ ਕਮਾਲ ਗਾ ਕੇ ਦਿਖਾ ਦੋ ਕਿ ਉਹਨੂੰ ਪਤਾ ਲੱਗ ਜਾਏ ਕਿ ਹਾਂ ਵੀ ਦੁਨੀਆਂ ਵਿੱਚ ਹੋਰ ਵੀ ਬੜੇ ਗਾਹ ਤੋਂ ਗਾਹ ਗਾਇਕ ਬੈਠੇ ਨੇ। ਗਾਇਕੀ ਦੇ ਸਮੁੰਦਰ ਦੀ ਗੱਲ ਕਰਦੇ ਹਾਂ ਜੀ, ਤੁਸੀਂ ਦੱਸਿਆ ਕਿ ਤੁਸੀਂ ਨੁਸਰਤ ਸਾਹਿਬ ਨੂੰ ਫੋਲੋ ਕਰਦੇ ਹੋ, ਉਹਨਾਂ ਦਾ ਕੋਈ ਕਲਾਮ ਤੁਹਾਡੇ ਕੋਲ ਸੁਣਨਾ ਚਾਹਾਂਗੇ।
ਕਿਹੜਾ ਲਾ ਸਿਰ ਵਕੀਲਾ
ਗਲਾ ਤਾਂ ਖਰਾਬ ਜਿਹਾ ਗਲਾ ਖਰਾਬ ਹੈ ਬਟ ਫਿਰ ਵੀ ਇੰਨਾ ਸੋਹਣਾ ਗਾ ਰਹੇ ਹੋ। ਕਹਿੰਦੇ ਨੇ ਮਿਊਜ਼ਿਕ ਸਾਨੂੰ ਤਹਿਜ਼ੀਬ ਸਿਖਾਉਂਦਾ ਹੈ, ਅਦਬ ਸਿਖਾਉਂਦਾ ਹੈ, ਇੱਕ ਦੂਸਰੇ ਨਾਲ ਗੱਲਬਾਤ ਕਰਨਾ ਸਿਖਾਉਂਦਾ ਹੈ, ਅਤੇ ਸੰਗੀਤ ਸਾਨੂੰ ਪੂਰੇ ਆਵਾਮ ਦੇ ਵਿੱਚ ਰੋਸ਼ਨ ਵੀ ਕਰਦਾ ਹੈ। ਸੰਗੀਤ ਇੱਕ ਐਸਾ ਸਮੁੰਦਰ ਹੈ, ਤੁਸੀਂ ਜਿੰਨੀ ਮਰਜ਼ੀ ਡੂੰਘੀ ਤਾਰੀ ਲਾਓ ਉਹਨਾਂ ਤੁਸੀਂ ਸਿੱਖਦੇ ਜਾਂਦੇ ਹੋ। ਤੁਸੀਂ ਕਿਹੜੇ ਘਰਾਣੇ ਨੂੰ ਬਿਲੋਂਗ ਕਰਦੇ ਹੋ? ਮੈਂ ਪੰਜਾਬ ਘਰਾਣੇ ਨੂੰ ਜੀ। ਅਤੇ ਹੋਰ ਘਰ ਦੇ ਵਿੱਚ ਕੌਣ ਕੌਣ ਗਾਉਂਦਾ ਹੈ ਦਾਦਾ ਜੀ ਤੋਂ ਇਲਾਵਾ? ਮੇਰੇ ਦਾਦਾ ਜੀ ਜਿੱਦਾਂ ਆਪਣੇ ਵੱਡੇ ਬ੍ਰਦਰ ਆ ਤੇ ਛੋਟੇ ਬ੍ਰਦਰ ਵੀ ਆ, ਉਹਨਾਂ ਦਾ ਨਾਮ ਕੀ ਹੈ? ਮੇਰੇ ਸਿਸਟਰ ਗਾਉਂਦੇ, ਉਹਨਾਂ ਦਾ ਨਾਮ ਹੈਗਾ ਜਿੱਦਾਂ ਬ੍ਰਦਰ ਦਾ ਨਾਮ ਹੈਗਾ ਇਹ ਰਾਜੇਸ਼ ਚੰਦ ਜੀ, ਆਪਣੇ ਆਪ ਨੂੰ ਉਸ ਸੁਰ ਦੇ ਵਿੱਚ ਪਕੜ ਕਰਕੇ ਰੱਖਣੀ ਹੈ ਕਿ ਪਤਾ ਲੱਗੇ ਕਿ ਕੋਈ ਅੱਛਾ ਕਵਾਲ ਗਾ ਰਿਹਾ। ਮੈਂ ਤਾਂ ਤੁਹਾਨੂੰ ਕਵਾਲ ਹੀ ਕਵਾਂਗੀ, ਕਵਾਲੀ ਦੇ ਟਾਈਪ ਦੇ ਵੀ ਤੁਸੀਂ ਇੰਨੇ ਅੱਛੇ ਸੁਰ ਸਾਨੂੰ ਸੁਣਾ ਤੇ, ਮੈਨੂੰ ਲੱਗਦਾ ਅੱਜ ਕੱਲ ਦੇ ਜਿਹੜੇ ਨਿਊ ਟੈਲੈਂਟ ਆ ਉਹਨਾਂ ਨੂੰ ਇੰਨੇ ਸੁਰਾਂ ਦਾ ਨਹੀਂ ਪਤਾ ਹੁੰਦਾ, ਤੇ ਇੰਨੇ ਸੁਰਾਂ ਨੂੰ ਯਾਦ ਰੱਖਣਾ, ਇੰਨੇ ਹਾਰਮੋਨੀਅਮ ਦੇ ਨਾਲ ਆਪਣੇ ਆਪ ਨੂੰ ਬੰਨ ਕੇ ਰੱਖਣਾ, ਗਾਉਣਾ ਤੇ ਇੱਕ ਦੂਜੇ ਦੇ ਰੂਬਰੂ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨਾ, ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਹੈ। ਅੱਜ ਦੇ ਸਮੇਂ ਵਿੱਚ ਨਿੱਕੇ ਨਿੱਕੇ ਬੱਚਿਆਂ ਦੇ ਕੋਲ ਮਿਊਜ਼ਿਕ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ, ਪਰ ਉਹਨਾਂ ਦੇ ਪਿੱਛੇ ਜਿਹੜੀ ਬੈਕਬੋਨ, ਉਹਨਾਂ ਦਾ ਘਰ ਪਰਿਵਾਰ ਹੁੰਦਾ, ਘਰੋਂ ਵਿਰਾਸਤੀ ਉਹਨਾਂ ਨੂੰ ਗਾਇਕੀ ਮਿਲਦੀ ਹੈ, ਉਹ ਸ਼ਾਇਦ ਕਿਸੇ ਕਿਸੇ ਨੂੰ ਮਿਲਦੀ ਹੈ। ਤੁਸੀਂ ਆਪਣੀ ਵਿਰਾਸਤ ਨੂੰ ਕਿੱਥੇ ਤੱਕ ਲੈ ਕੇ ਜਾਓਗੇ ਅਤੇ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਸੰਗੀਤ ਲਈ? ਮੈਂ ਤਾਂ ਇਹੀ ਹੈ ਜੀ, ਮੈਨੂੰ ਜਿੱਦਾਂ ਮੈਂ ਘਰ ਦਾ, ਮੈਂ ਜਿੱਦਾਂ ਮੈਂ ਇਸ ਸੰਗੀਤ ਦੇ ਵਿੱਚ ਇਹਨਾਂ ਨਾਮ ਰੋਸ਼ਨ ਕਰਨਾ ਚਾਹੁੰਦਾ ਘਰਦਿਆਂ ਦਾ, ਜਿੱਦਾਂ ਡੈਡੀ ਉਹਨਾਂ ਦਾ, ਦਾਦਾ ਜੀ ਉਹਨਾਂ ਦਾ, ਜਿੱਦਾਂ ਦਾਦਾ ਜੀ ਉਹਨਾਂ ਦਾ ਮੈਂ ਨਾਮ ਰੋਸ਼ਨ ਕਰਨਾ ਚਾਹੁੰਦਾ। ਕੀ ਨਾਮ ਹੈ ਦਾਦਾ ਜੀ ਦਾ? ਉਹਨਾਂ ਦਾ ਨਾਮ ਹੈਗਾ ਜਗਨਨਾਥ ਜੀ। ਦਾਦਾ ਜੀ ਦੇ ਪੋਤਾ ਜੀ ਇੰਨਾ ਸੋਹਣਾ ਗਾਉਂਦੇ ਨੇ ਤੇ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਸੋਹਣਾ ਗਾਉਂਦੇ ਹੋਣਗੇ, ਜਿਨ੍ਹਾਂ ਨੇ ਆਪਣੇ ਪੋਤੇ ਨੂੰ ਇੰਨਾ ਚੰਡ ਚੰਡ ਕੇ ਚੰਡਿਆ ਤੇ ਇੰਨਾ ਬਾ ਕਮਾਲ ਗਵਈਆ ਬਣਾਇਆ। ਕਦੀ ਰਿਐਲਿਟੀ ਸ਼ੋਅ ਦੇ ਵਿੱਚ ਟਰਾਈ ਨਹੀਂ ਕੀਤਾ? ਨਹੀਂ ਮੈਡਮ। ਕਿਉਂ ਨਹੀਂ ਕੀਤਾ? ਇੰਨਾ ਅੱਛੀ ਆਵਾਜ਼ ਹੈ। ਮੈਨੂੰ ਜਦੋਂ ਸ਼ੋਅ ਹੁੰਦਾ ਸੀਗਾ ਉਦੋਂ ਆਪਣਾ ਪ੍ਰੋਗਰਾਮ, ਮਤਲਬ ਜਿੱਦਾਂ ਵੀ ਉਧਰ ਭਾਜੀ ਨੇ ਕਹਿਣਾ ਆਪਣਾ ਪ੍ਰੋਗਰਾਮ ਆ ਉਧਰ ਜਾਣਾ ਨਾ, ਜਿੱਦਾਂ ਦਿਨ ਦੇ ਦੋ, ਜਿੱਦਾਂ ਦੋ ਪ੍ਰੋਗਰਾਮ, ਜਿੱਦਾਂ ਤਿੰਨ ਪ੍ਰੋਗਰਾਮ ਹੁੰਦੇ ਸੀਗੇ ਨਾਲ, ਜਿੱਦਾਂ ਕੋਈ ਨਾਲ ਤਬਲੇ ਵਾਲਾ ਵੀ ਨਹੀਂ ਹੁੰਦਾ ਸੀਗਾ ਕੋਈ, ਇਸ ਕਰਕੇ। ਓਕੇ, ਮਤਲਬ ਇੱਕ ਜਿਹੜਾ ਪ੍ਰੈਕਟੀਕਲ ਹਮੇਸ਼ਾ ਨਾਲ ਰਹਿੰਦਾ ਸੀ, ਪ੍ਰੈਕਟੀ ਦੇ ਕੱਲ ਤੁਸੀਂ ਉਹ ਸਿੱਖਿਆ ਤੇ ਅੱਜ ਇਹ ਰੰਗ ਲੈ ਕੇ ਆਈ ਹੈ ਗਾਇਕੀ। ਕਿੰਨੀ ਉਮਰ ਹੈ ਤੁਹਾਡੀ? ਮੇਰੀ ਮੈਡਮ ਹੈਗੀ 27। 27 ਦੇ ਵਿੱਚ ਇੰਨਾ ਹੁਨਰ, ਤੇ ਮੈਨੂੰ ਲੱਗਦਾ ਹੈ ਕਿ ਇਸ ਹੁਨਰ ਨੂੰ ਅੱਗੇ ਤੇ ਅੱਗੇ ਵੀ ਬਖੇਰਨਾ ਚਾਹੀਦਾ ਹੈ। ਕੀ ਚਾਹੁੰਦੇ ਹੋ, ਟਰੈਕ ਕਦੋਂ ਤੱਕ ਆਏਗਾ ਤੁਹਾਡਾ? ਮੈਨੂੰ ਟਰੈਕ ਜਿੱਦਾਂ ਮੈਂ ਦੋ ਕੀਤੇ, ਮੈਂ ਕਵਰ ਸੌਂਗ ਕੀਤੇ ਦੋ ਜਿੱਦਾਂ ਜੀ, ਉਹ ਵੀ ਮਤਲਬ ਜਿੱਦਾਂ ਆਪਣੇ ਪਾਕਿਸਤਾਨੀ ਕੀਤੇ, ਉਹੀ ਕੀਤੇ ਹਲੇ ਦੋ, ਉਹਨਾਂ ਵਿੱਚ ਇੱਕ ਸੁਣਨਾ ਚਾਹਾਂਗੇ। ਠੀਕ ਹੈ।
ਸਾਲ ਦੀ ਉਮਰ ਦਾ ਹੋਣਹਾਰ ਕਲਾਕਾਰ ਜੀ ਸੌਰਵ, ਜੋ ਕਿ ਢਿਲਵਾਂ ਪਿੰਡ ਦਾ ਰਹਿਣ ਵਾਲਾ ਹੈ, ਆਪਣਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਿਹਾ ਹੈ। ਬਹੁਤ ਸਾਰੇ ਐਸੇ ਗਾਇਕ ਨੇ ਜਿਨ੍ਹਾਂ ਨੇ ਮੈਨੂੰ ਲੱਗਦਾ ਸਾਹ ਲਾਉਣਾ ਵੀ ਨਹੀਂ ਸਿੱਖਿਆ ਹੁੰਦਾ, ਪਰ ਉਹਨਾਂ ਦਾ ਮਾਰਕੀਟ 'ਚ ਟਰੈਕ ਵੀ ਆ ਜਾਂਦਾ ਹੈ। ਅੱਜ ਕੱਲ੍ਹ ਦੀ ਟਿਊਨਿੰਗ ਦੀ ਬੜੀ ਉਹ ਹੈ ਨਾ ਕਿ ਟਿਊਨਿੰਗ ਲਾ ਕੇ ਬੰਦੇ ਨੂੰ ਕਲਾਕਾਰ ਬਣਾਉਂਦੇ ਨੇ। ਆਈ ਥਿੰਕ ਅਸਲ ਕਲਾਕਾਰ ਇਹ ਨੇ, ਇਹਨਾਂ ਨੂੰ ਮੌਕਾ ਦਿਓ, ਇਹਨਾਂ ਨੂੰ ਪ੍ਰਮੋਟ ਕਰੋ ਅਤੇ ਇਹਨਾਂ ਨੂੰ ਆਪਣੇ ਰਿਐਲਿਟੀ ਸ਼ੋਅ 'ਚ ਬੁਲਾਇਆ ਕਰੋ, ਤਾਂ ਕਿ ਇਹਨਾਂ ਦੀ ਗਾਇਕੀ ਸਾਰੀ ਦੁਨੀਆ ਦੇ ਅੱਗੇ ਜਾਵੇ ਅਤੇ ਪਤਾ ਲੱਗੇ ਕਿ ਵਾਕਈ ਮਿਹਨਤ ਕਿਹਨੂੰ ਕਹਿੰਦੇ ਨੇ। ਸੋ ਮਿਹਨਤ ਨਜ਼ਰ ਆ ਰਹੀ ਹੈ ਜੀ। ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਜੀ, ਕੁਝ ਜਿਹੜੇ ਸਾਡੇ ਵਿਊਵਰ ਨੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਅਤੇ ਉਹਨਾਂ ਨੇ ਤੁਹਾਡੇ ਨਾਲ ਗੱਲਾਂ ਵੀ ਕਰਨੀਆਂ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਮੈਂ ਇਹੀ ਕਹਿਣਾ ਚਾਹੁੰਦਾ ਜੀ, ਮਤਲਬ ਰਿਆਜ਼ ਕਰਨਾ ਚਾਹੀਦਾ। ਰਿਆਜ਼ ਦਾ ਜਿੱਦਾਂ ਨਾ ਆਪਣੇ ਘਰ ਦੇ ਕਹਿੰਦੇ ਜਿੱਦਾਂ ਉਦਾਂ ਮੰਨਣਾ ਚਾਹੀਦਾ ਜੀ, ਜਿੱਦਾਂ ਘਰ ਦੇ ਜੋ ਕਹਿੰਦੇ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਕਿਆ ਬਾਤ ਹੈ ਜੀ, ਰਿਆਜ਼ ਜ਼ਰੂਰ ਕਰੋ ਜੇ ਤੁਸੀਂ ਗਾਇਕ ਹੋ, ਕੋਈ ਵੀ ਕੰਮ ਦੇ ਵਿੱਚ ਹੋ, ਤੁਸੀਂ ਮਿਹਨਤ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ। ਸੋ ਮਿਹਨਤ ਸਦਕਾ ਹਮੇਸ਼ਾ ਇਨਸਾਨ ਆਪਣੇ ਸਿਰ ਤੇ ਬਾਜੀ ਵੀ ਮਾਰਦਾ ਹੈ। ਸੇਂਟ ਸੋ ਦੇ ਟਾਈਮ ਸੋ ਰੰਗ ਸੰਗੀਤ ਦੇ ਪ੍ਰੋਗਰਾਮ ਮੈਂ ਲੈ ਕੇ ਹਾਜ਼ਰ ਹਾਂ ਕੋਮਲ, ਤੇ ਹਰ ਵਾਰ ਦੀ ਤਰ੍ਹਾਂ ਅਗਲੀ ਵਾਰ ਫਿਰ ਨਵੇਂ ਪ੍ਰੋਗਰਾਮ ਵਿੱਚ ਕੋਈ ਨਵਾਂ ਕਲਾਕਾਰ ਤੇ ਨਵੇਂ ਅਦਾਕਾਰ ਜ਼ਰੂਰ ਲੈ ਕੇ ਆਵਾਂਗੇ। ਜਾਂਦੇ ਜਾਂਦੇ ਇੱਕ ਵਾਰ ਫਿਰ ਵੈਲਕਮ ਜੀ ਸੌਰਵ ਜੀ, ਬਹੁਤ ਬਹੁਤ ਵੈਲਕਮ ਇੰਨੀ ਅੱਛੀ ਸਾਨੂੰ ਕਲਾ ਬਾਰੇ ਜਾਣਕਾਰੀ ਦੇਣ ਲਈ ਔਰ ਇੰਨੇ ਅੱਛੇ ਗੀਤ ਸੁਣਾਉਣ ਲਈ, ਬਹੁਤ ਬਹੁਤ ਵੈਲਕਮ। ਸੇਂਟ ਸੋ ਦੇ ਟਾਈਮ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਤੇ।